ਸੋ ਹੰਦੋ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਤਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਹ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਮਿਲ ਰਹੀ ਹੈ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਇੰਡੀਆ ਜੀਕੇ ਦਾ ਪੰਜ ਸਿਕਸਥ ਪਾਰਟ ਡਿਸਕਸ ਕਰਾਂਗੇ ਜਿਸ ਦੇ ਵਿੱਚ ਇੰਪੋਰਟੈਂਟ ਕਮੇਟੀਆਂ ਜਿਹੜੀਆਂ ਰਹਿ ਜਾਂ ਨਿਗੀਆਂ ਭਰਦੀਆਂ ਜਿਹਦੇ ਅਧੀਨ ਵੱਖਰੇ ਵੱਖਰੇ ਮਿਸ਼ਨਾਂ ਨੂੰ ਲੈ ਕੇ ਜਾਂ ਵੱਖਰੇ ਵੱਖਰੇ ਕਾਂਡਾ ਨੂੰ ਲੈ ਕੇ ਜੋ ਕੁਝ ਵੀ ਕਮੇਟੀਆਂ ਆਪਣੇ ਭਾਰ ਦੇ ਵਿੱਚ ਬਣੀਆਂ ਨੇ ਸੋ ਉਹਨਾਂ ਨੂੰ ਲੈ ਕੇ ਹੈ ਉਮੀਦ ਕਰਦਾ ਤੁਹਾਡੇ ਸਾਰਿਆਂ ਦੇ ਵੀ ਹੈਲਪਫਲ ਰਹੂਗਾ ਸੋ ਇਹ ਤੁਹਾਨੂੰ ਮਾਸਟਰ ਕੈਡਰ ਐਨਟੀਟੀ ਪਟਵਾਰੀ ਪੀਐਸਟੈਟ ਪੰਜਾਬ ਪੁਲਸ ਅਤੇ ਇਸ ਤੋਂ ਲੱਭ ਹੋਰ ਕੰਪੀਟੀਸ਼ਨ ਐਗਜ਼ਾਮ ਦੇ ਲਈ ਵੀ ਜਿਹੜੇ ਹੈਲਪਫਲ ਰਹਿਣਗੇ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਅਤੇ ਕਮੈਂਟ ਸੈਸ਼ਨ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਜੀ ਤਾਂ ਸ਼ੈਸ਼ਨ ਬਿਨਾਂ ਟਾਈਮ ਵੇਸਟ ਕੀਤੇ ਸੋ ਅੱਜ ਦਾ ਫਰਸਟ ਰਹੇਗਾ ਜੀ ਆਪਣਾ ਨਨਾਵਤੀ ਜਿਹੜਾ ਅਯੋਗ ਹੈ ਇਸ ਸੰਬੰਧ ਰੱਖਦਾ ਹੈ ਜਾਂ ਕਿਸ ਦੇ ਨਾਲ ਸੰਬੰਧਿਤ ਹੈ ਸੋ ਨਨਾਵਤੀ ਅਯੋਗ ਜਿਹੜਾ ਹੈ ਜਿਹੜਾ ਕਮਿਸ਼ਨ ਹੈ ਜੀ ਸੋ ਇਹ ਗੋਡਰਾ ਜਿਹੜਾ ਕੰਡ ਹੈ ਸੋ ਇਸ ਦੇ ਨਾਲ ਸੰਬੰਧਿਤ ਹੈਗਾਗਾ ओके सो ਨਨਾਵਤੀ ਅਜੋਗ ਕਮਿਸ਼ਨ ਜਿਹੜਾ ਸੀਗਾ ਜਾਂ ਕਮਿਸ਼ਨ ਸੀਗਾ ਇਸ ਦਾ ਜਿਹੜਾ ਹੈੱਡ ਸੀਗਾ ਚੇਅਰਮੈਨ ਸੀਗਾ ਜੀ ਉਹ ਸੀਗਾ ਜੀ ਜਸਟਿਸ ਜੀਟੀ ਨਨਾਵਤੀ ਜੀਟੀ ਨਨਾਵਤੀ ओके सो ਇਹ ਇਸ ਦਾ ਚੇਅਰਮੈਨ ਸੀਗਾ ਜਿਸ ਦੇ ਆਧਾਰ ਦੇ ਉੱਪਰ ਜਿਹੜਾ ਹੈ ਇਹ ਕਮਿਸ਼ਨ ਬਣਾਇਆ ਗਿਆ ਸੀਗਾ ਸੋ ਇਹ ਜਿਹੜਾ ਜੀਟੀ ਨਨਾਵਤੀ ਸੀਗਾ ਜੀ ਇਸ ਸੁਪਰੀਮ ਕੋਰਟ ਦਾ ਇੱਕ ਰਟਾਇਰਡ ਜਿਹੜਾ ਹੈ ਜੱਜ ਸੀਗਾ ਸਪਰੀਮ ਕੋਰਟ ਦਾ ਮੁੱਖ ਜੱਜ ਸੀਗਾ ਜੀ ਅਤੇ ਇਸ ਅਯੋਗ ਨੂੰ ਅਪੁਆਇੰਟਮੈਂਟ ਕਰਨ ਦੇ ਲਈ ਅਪੁਆਇੰਟਮੈਂਟ ਕੀਤਾ ਗਿਆ ਸੀਗਾ ਜੀ ਅਪੁਆਇੰਟਡ ਕੀਤਾ ਗਿਆ ਸੀਗਾ ਐਨਡੀਏ ਦੇ ਦੁਆਰਾ ਓਕੇ ਸੋ ਐਨਡੀਏ ਦਾ ਪਾਵ ਹੈ ਜੀ ਨੈਸ਼ਨਲ ਡੈਮੋਕਰੈਟਿਕ ਅਲਾਈਅንስ ਨੈਸ਼ਨਲ ਡੈਮੋਕਰੈਟਿਕ ਡੈਮੋਕਰੈਟਿਕ ਅਲਾਈਅንስ ਸੋ ਇਸ ਦੇ ਦੁਆਰਾ ਇਸ ਕਮਿਸ਼ਨ ਨੂੰ ਜਿਹੜਾ ਹੈ ਸਟੈਬਲਿਸ਼ ਕੀਤਾ ਗਿਆ ਸੀਗਾ ਅਤੇ ਇਹ ਕਮਿਸ਼ਨ ਸਾਲ ਮਈ ਸਾਲ ਮਈ 2000 ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀਗਾ ਜੀ ਸੋ ਇਸ ਦੌਰਾਨ ਇਹ ਸ਼ੁਰੂਆਤ ਕੀਤੀ ਗਈ ਸੀਗੀ ਜੀ ਅਤੇ ਇਸ ਕਮਿਸ਼ਨ ਦਾ ਮੁੱਖ ਉਦੇਸ਼ ਸੀਗਾ ਜਿਹੜਾ ਇਨਵੈਸਟੀਗੇਟ ਕਰਨਾ ਸੀਗਾ ਜੀ ਉਹ ਮੁੱਖ ਕੰਮ ਇਹ ਸੀਗਾ ਕਿ ਜਿਹੜਾ ਸਾਲ 1984 ਦੇ ਵਿੱਚ ਸਾਲ 1984 ਦੇ ਵਿੱਚ ਕੁਝ ਇਨੋਸੈਂਟ ਜਿਹੜੇ ਸਿੱਖ ਨੇਗੇ ਮਾਰੇ ਗਏ ਸੀਗੇ ਵੇ ਕਸੂਰ ਸਿੱਖ ਜਿਹੜੇ ਉਹਨਾਂ ਦੰਗਿਆਂ ਦੇ ਵਿੱਚ ਮਾਰੇ ਗਏ ਸੀਗੇ ਸੋ ਉਹਨਾਂ ਦੇ ਪ੍ਰਤੀ ਜਿਹੜਾ ਹੈ ਇਨਵੈਸਟੀਗੇਟ ਕਰਨ ਦੇ ਲਈ ਇੱਕ ਕਮੇਟੀ ਜਿਹੜੀ ਹੈ ਜਾਂ ਇੱਕ ਕਮਿਸ਼ਨ ਜਿਹੜਾ ਹੈ ਉਹ ਬਣਾਇਆ ਗਿਆ ਸੀਗਾ ਇਨੋਸੈਂਟ ਸਿੱਖ ਜਿਹੜੇ ਸੀਗੇ ਸਾਲ 1984 ਦੇ ਵਿੱਚ ਉਸ ਦੰਗਿਆਂ ਦੇ ਦੌਰਾਨ ਜਿਹੜੇ ਹੈ ਕਿਲਿੰਗ ਹੋ ਗਏ ਸੀਗੇ ਮਾਰ ਦਿੱਤੇ ਗਏ ਸੀਗੇ ਸੋ ਉਹਨਾਂ ਨੂੰ ਲੈ ਕੇ ਜਿਹੜਾ ਇਹ ਕਮਿਸ਼ਨ ਬਣਾਇਆ ਗਿਆ ਸੀ ਮਈ 2000 ਦੇ ਵਿੱਚ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀਗੀ ਅਤੇ ਇਸ ਨੇ ਆਪਣੀ ਜਿਹੜੀ ਰਿਪੋਰਟ ਹੈਗੀ ਹੈਗੀ ਉਹ 5 ਸਾਲਾਂ ਬਾਅਦ ਪੇਸ਼ ਕੀਤੀ ਸੀਗੀ ਫਰਵਰੀ 2005 ਦੇ ਵਿੱਚ ਰਿਪੋਰਟ ਜਿਹੜੀ ਹੈ ਇਸ ਦੀ ਸਬਮਿਟ ਕਰ ਦਿੱਤੀ ਗਈ ਸੀਗੀ ਓਕੇ ਸੋ ਇਹ ਸੀਗਾ ਆਪਣਾ ਨਣਾਵਤੀ ਅਜੋਗ ਨੈਕਸਟ ਹੈ ਜੀ ਲਿਬਹਾਰਨ ਕਮਿਸ਼ਨ ਸੰਬੰਧਿਤ ਹੈ ਬਾਬਰੀ ਮਸਜਿਦ ਦੇ ਨਾਲ ਓਕੇ ਸੋ ਬਾਬਰੀ ਮਸਜਿਦ ਦੇ ਨਾਲ ਸੰਬੰਧ ਦਾ ਬਾਬਰੀ ਮਸਜਦ ਨੂੰ ਲੈ ਕੇ ਜਿਹੜੇ ਦੰਗੇ ਹੋਏ ਸੀਗੇ ਸੀ ਉਸ ਨੂੰ ਲੈ ਕੇ ਕਮਿਸ਼ਨ ਬਣਾਇਆ ਗਿਆ ਸੀਗਾ ਓਕੇ ਸੋ ਇਹਦਾ ਜੇ ਆਫੀਸ਼ੀਅਲ ਆਪਾਂ ਨਾਮ ਦੀ ਗੱਲ ਕਰੀਏ ਤਾਂ ਆਫੀਸ਼ੀਅਲ ਇਸ ਦਾ ਨਾਮ ਜਿਹੜਾ ਹੈ ਉਹ ਲਿਬ੍ਰੇਰਨ ਲਿਬ੍ਰਹਾਨ ਅਯੋਧਿਆ ਲਿਬ੍ਰਹਾਨ ਅਯੋਧਿਆ ਕਮਿਸ਼ਨ ਫੋਰ ਇਨਕੁਆਰੀ ਕਮਿਸ਼ਨ ਫੋਰ ਇਨਕੁਆਇਰੀ ਸੋ ਉਸ ਲਈ ਕਮਿਸ਼ਨ ਬਣਾਇਆ ਗਿਆ ਸੀਗਾ ਜੀ ਸੋ ਇਹਦਾ ਮੇਨ ਕੰਮ ਸੀਗਾ ਕਿ ਬਾਬਰੀ ਮਸਜਿਦ ਦੇ ਉੱਪਰ ਜੋ ਵੀ ਦੰਗੇ-ਵਸਾਦ ਹੋਏ ਸੀਗੇ ਸਾਲ 1992 ਦੇ ਵਿੱਚ ਬਾਬਰੀ ਮਸਜਿਦ ਦੇ ਨਾਲ ਸੰਬੰਧਿਤ 1992 ਦੇ ਵਿੱਚ ਜਿਹੜੇ ਦੰਗੇ-ਵਸਾਦ ਹੋਏ ਸੀਗੇ ਅਯੁੱਧਿਆ ਦੇ ਵਿੱਚ ਸੋ ਉਸ ਨੂੰ ਲੈ ਕੇ ਇਨਵੈਸਟੀਗੇਟ ਕਰਨਾ ਇਸਦਾ ਮੁੱਖ ਕੰਮ ਸੀਗਾ ਇਸ ਕਮਿਸ਼ਨ ਦਾ ਹੈੱਡ ਸੀਗਾ ਜਿਹੜਾ ਜੀ ਉਹਦਾ ਨਾਮ ਸੀਗਾ ਐਮ ਐਸ ਲਿਬਰਹਾਨ ਸੋ ਉਹਦੇ ਨਾਮ ਦੇ ਉੱਪਰ ਇਹ ਜਿਹੜਾ ਹੈ ਇਸ ਕਮਿਸ਼ਨ ਦਾ ਨਾਮ ਰੱਖਿਆ ਗਿਆ ਸੀਗਾ ਜੀ ਸੋ ਇਹ ਹਾਈ ਕੋਰਟ ਦਾ ਇੱਕ ਰਿਟਾਇਰਡ ਜਿਹੜਾ ਜੱਜ ਸੀਗਾ ਓਕੇ ਸੋ ਜਿਹੜਾ ਕਮਿਸ਼ਨ ਹੈ ਇਸ ਦੀ ਸਟੈਬਲਿਸ਼ਮੈਂਟ ਕੀਤੀ ਗਈ ਸੀਗੀ 16 ਦਸੰਬਰ 1992 ਨੂੰ 16 ਦਸੰਬਰ 1992 ਨੂੰ ਜਿਹੜਾ ਹੈ ਇੰਡੀਅਨ ਹੋਮ ਯੂਨੀਅਨ ਮਿਨਿਸਟਰੀ ਦੇ ਦੁਆਰਾ ਇਸ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ ਇੰਡੀਅਨ ਹੋਮ ਯੂਨੀਅਨ ਮਿਨਿਸਟਰੀ ਉਸ ਦੇ ਦੁਆਰਾ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ ਔਰ ਇਹਦੀ ਜਿਹੜੀ ਰਿਪੋਰਟ ਸਬਮਿਟ ਹੋਈ ਆ ਹਾਲਾਂਕਿ ਬਣ 1992 ਦੇ ਵਿੱਚ ਗਿਆ ਸੀਗਾ ਬਟ ਇਹ ਰਿਪੋਰਟ ਜਿਹੜੀ ਹੈ ਸਬਮਿਟ ਕੀਤੀ ਗਈ ਸੀਗੀ ਉਹ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਦੇ ਵਿੱਚ ਕੀਤੀ ਗਈ ਸੀਗੀ ਓਕੇ 2009 ਦੇ ਵਿੱਚ ਜਦੋਂ ਪੀਐਮ ਸੀਗੇ ਜੀ ਡਾਕਟਰ ਮਨਮੋਹਨ ਸਿੰਘ ਮਨਮੋਹਨ ਸਿੰਘ ਉਨ੍ਹਾਂ ਦੇ ਸਮੇਂ ਦੇ ਵਿੱਚ 30 ਜੂਨ 30 ਜੂਨ 2009 ਨੂੰ ਜਿਹੜਾ ਇਸ ਦੀ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਗਈ ਸੀਗੀ ਓਕੇ ਔਰ ਇਸ ਰਿਪੋਰਟ ਨੂੰ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਸੀਗਾ ਸੌਰੀ ਆ ਇਹ ਤੇ ਲਿਖ ਦਿੰਨੇ ਆਪਾਂ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਹੈ ਇਸ ਨੂੰ ਪੇਸ਼ ਕੀਤਾ ਗਿਆ ਸੀਗਾ ਜੀ ਰਿਪੋਰਟ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਵਾਲਾ ਵਿਅਕਤੀ ਸੀਗਾ ਜੀ ਪੀ ਚਦੰਬਰਮ ओके okay, पीच दंब्रम ਜਿਹੜਾ ਹੈ ਉਸ ਨੇ ਇਸ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀਗਾ ਰਿਪੋਰਟ ਨੂੰ ਨੈਕਸਟ ਹੈ ਜੀ ਫੁਕਨ ਕਮਿਸ਼ਨ ਸੰਬੰਧਿਤ ਹੈ ਤਹਿਲਕਾ ਟੇਪ ਘਟਾਲਾ ਦੇ ਨਾਲ ਸੋ ਫੁਕਨ ਕਮਿਸ਼ਨ ਜਿਹੜਾ ਹੈ ਇਹ ਤਹਿਲਕਾ ਟੇਪ ਘਟਾਲੇ ਦੇ ਨਾਲ ਸੰਬੰਧਿਤ ਹੈਗਾ ਜੀ ਸੋ ਇਹ ਘਟਨਾ ਜਿਹੜੀ ਹੋਈ ਸੀਗੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਹੋਈ ਸੀਗੀ ਭਾਰਤੀ ਜਨਤਾ ਪਾਰਟੀ ਇਹਦੀ ਸਰਕਾਰ ਦੇ ਸਮੇਂ ਹੋਈ ਸੀਗੀ ਜੀ ਔਰ ਉਸ ਦਾ ਇੱਕ ਤਤਕਾਲੀਨ ਜਿਹੜਾ ਹੈ ਅਧਿਆਕਾ ਸੀਗਾ ਚੇਅਰਮੈਨ ਸੀਗਾ ਅਧਿਆਕਾ ਸੀਗਾ ਜੀ ਉਹਦੇ ਦੁਆਰਾ ਇਹ ਕੁਝ ਵਾਪਰਿਆ ਸੀਗਾ ਓਕੇ ਸੋ ਜਿਸ ਦਾ ਨਾਮ ਸੀਗਾ ਜੀ ਬੰਗਾਰੂ ਲਕਸ਼ਮਨ ਬੰਗਾਰੂ ਲਕਸ਼ਮਨ ਓਕੇ ਸੋ ਇਸ ਦੇ ਨਾਲ ਸਬੰਧ ਸੀਗਾ ਜੀ ਇਸ ਨੇ ਕੀ ਕਰਿਆ ਸੀਗਾ ਕਿ ਰੱਖਿਆ ਦੇ ਆਧਾਰ ਦੇ ਉੱਪਰ ਜਿਹੜਾ ਹੈ ਭਾਰਤ ਦੇ ਨਾਲ ਜਨਨਕਿ ਰੱਖਿਆ ਨੂੰ ਲੈ ਕੇ ਇੱਕ ਸੌਦਾ ਕੀਤਾ ਗਿਆ ਸੀਗਾ ਜੀ ਜਿਦੇ ਵਿੱਚ ਇਸਦੀ ਜਿਹੜੀ ਇਹ ਵੀਡੀਓ ਰਿਕਾਰਡਿੰਗ ਹੋ ਗਈ ਸੀ ਕਿ ਫਰਜੀ ਪੈਸੇ ਲੈ ਕੇ ਜਿਹੜਾ ਇਹ ਰੱਖਿਆ ਦੇ ਨਾਲ ਸੰਬੰਧ ਛੇੜਛਾੜ ਕਰ ਰਿਹਾ ਸੀਗਾ ਸੋ ਉਹ ਚੀਜ਼ ਦੀ ਜਿਹੜੀ ਰਿਕਾਰਡਿੰਗ ਹੋ ਗਈ ਸੀ ਜਿਹੜੀ ਕਿ 23 ਦਸੰਬਰ 2000 ਤੋਂ ਲੈ ਕੇ 23 ਦਸੰਬਰ ਤੋਂ ਲੈ ਕੇ 2000 ਤੋਂ 7 ਜਨਵਰੀ 2001 ਤੱਕ ਇਸਦੀ ਜਿਹੜੀ ਰਿਪੋਰਟ ਉਹ ਚੱਲਦੀ ਰਹੀ ਸੀਗੀ ओके okay? so, सो ਇਸੇ ਕਾਰਨ ਕਰਕੇ ਹੀ ਉਸ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਜੀ ਅਟਲ ਵਿਹਾਰੀ ਬਾਜਪਾਈ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਬਾਜਪਾਈ ਸੋ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਸੱਚਮੁੱਚ ਸਹੀ ਹੀ ਹੈ ਜਾਂ ਨਹੀਂ ਹੈ ਠੀਕ ਹੈ ਸੋ ਉਹਨਾਂ ਦੇ ਉੱਪਰ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਜੀ ਜਿਸ ਦੇ ਚੇਅਰਮੈਨ ਰੱਖੇ ਗਿਆ ਸੀਗਾ ਜੀ ਕੇ ਵੈਕਟਰ ਰਮਨ ਨੂੰ ਕੇ ਵੈਕਟਰ ਸਵਾਮੀ ਸੌਰੀ ਕੇ ਵੈਕਟਰ ਸਵਾਮੀ ਠੀਕ ਹੈ ਪਰ ਇਹਨਾਂ ਨੇ 2003 ਦੇ ਵਿੱਚ ਅਸਥੀਵਾ ਦਿੱਤਾ ਆਪਣੇ ਆਉਂਦੇ ਤੋਂ ਜੀ ਇਹ ਵੀ ਸੁਪਰੀਮ ਕੋਰਟ ਦੇ ਰਿਟਾਇਰ ਹੋ ਚੁੱਕੇ ਇਹਨਾਂ ਨੇ ਆਪਣਾ ਜਿਹੜਾ ਅਸਥੀਵਾ ਦਿੱਤਾ ਫਿਰ ਇਸ ਤੋਂ ਬਾਅਦ ਦੁਬਾਰਾ ਤੋਂ 2003 ਦੇ ਵਿੱਚ ਇੱਕ ਹੋਰ ਕਮਿਸ਼ਨ ਬਣਾਇਆ ਗਿਆ ਜੀ ਸੋ ਇਸ ਦਾ ਨਾਮ ਸੀਗਾ ਜੀ ਕਮਿਸ਼ਨ ਦਾ ਇਸੇ ਕਮਿਸ਼ਨ ਦੇ ਨਾਮ ਦੇ ਉੱਪਰ ਜਾਨਕਿ ਜਿਹੜਾ ਅੱਜ-ਅੱਜ ਸੀਗਾ ਜੀ ਨਿਆਮੂਰਤੀ ਨਿਆਮੂਰਤੀ ਐਸ ਐਨ ਫੁਕਨ ਐਸ ਐਨ ਫੁਕਨ ਇਸ ਦਾ ਚੇਅਰਮੈਨ ਸੀਗਾ ਇਹਦੇ ਨਾਮ ਦੇ ਉੱਪਰ ਇਸ ਦਾ ਨਾਮ ਪੈ ਗਿਆ ਸੀਗਾ ਫੁਕਨ ਕਮਿਸ਼ਨ ਓਕੇ ਸੋ ਇਹ ਸੀਗਾ ਤਹਿਲਕਾ ਟੇਪ ਘਟਾਲਾ ਉਹਦੇ ਨਾਲ ਸੰਬੰਧਿਤ ਸੀਗਾ ਰੱਖਿਆ ਦੇ ਸੌਦੇ ਨੂੰ ਲੈ ਕੇ ਜਾਨੀ ਕਿ ਸਿਕਿਉਰਿਟੀ ਦੇ ਨੂੰ ਲੈ ਕੇ ਜਿਹੜਾ ਹੈ ਇੱਥੇ ਇਹ ਛੇੜਛਾੜ ਹੋਈ ਸੀ ਉਸ ਨੂੰ ਲੈ ਕੇ ਕਮਿਸ਼ਨ ਬਣਾਇਆ ਗਿਆ ਸੀਗਾ 2003 ਦੇ ਵਿੱਚ ਇਹ ਕਮਿਸ਼ਨ ਬਣਿਆ ਸੀਗਾ ਤੇ ਚੇਅਰਮੈਨ ਜਿਹੜਾ ਹੈ ਐਸ ਐਨ ਫੁਕਨ ਜਿਹੜੇ ਸੀਗੇ ਜਿਹੜੇ ਕਿ ਸੁਪਰੀਮ ਕੋਰਟ ਦੇ ਜੱਜ ਸੀਗੇ ਨੈਕਸਟ ਹੈ ਜੀ ਹਤੇਲ ਕਮਿਸ਼ਨ ਦਾ ਸਬੰਧ ਹੈ ਲੇਬਰ ਦੇ ਨਾਲ ਸੰਬੰਧਿਤ ਹੈ ਜੀ ਓਕੇ ਸੋ ਹਾਥੀਲ ਕਮਿਸ਼ਨ ਜਿਹੜਾ ਹੈ ਸੋ ਇਹਦਾ ਮੇਨ ਕੰਮ ਸੀਗਾ ਜੀ ਲੇਬਰ ਦੇ ਪੱਖ ਦੇ ਵਿੱਚ ਜਿਹੜੇ ਐਕਟ ਵਗੈਰਾ ਪਾਸ ਕਰਨੇ ਆ ਸੋ ਇਹਦੇ ਨਾਲ ਰਿਲੇਟਡ ਸੀਗਾ ਨੈਕਸਟ ਹੈ ਜੀ ਪੰਜ ਨੰਬਰ ਚੈਨ ਕਮਿਸ਼ਨ ਸੰਬੰਧਿਤ ਹੈ ਜੀ ਇਹਨਾਂ ਦੇ ਵਿੱਚੋਂ ਰਾਜੀਵ ગાંધી ਦੇ ਕਤਲ ਦੇ ਨਾਲ ਓਕੇ ਜੈਨ ਕਮਿਸ਼ਨ ਜਿਹੜਾ ਹੈ ਇਸ ਦਾ ਚੇਅਰਮੈਨ ਰਿਹਾ ਹੈਗਾ ਗਾ ਜੀ ਚੇਅਰਮੈਨ ਜਾਨਕੀ ਹੈਡ ਰਹਾ ਸੀਗਾ ਜੀ ਚੀਫ ਜਸਟਿਸ ਸੀਗਾ ਜੀ ਦਿੱਲੀ ਦਾ ਚੀਫ ਜਸਟਿਸ ਸੀਗਾ ਦਿੱਲੀ ਦਾ ਜਿਸ ਦਾ ਨਾਮ ਸੀਗਾ ਜੀ ਮਲਾਪ ਮਲਾਪ ਚੰਦ ਜੈਨ ਮਲਾਪ ਚੰਦ ਜੈਨ ਸੋ ਇਹਦਾ ਚੇਅਰਮੈਨ ਸੀਗਾ ਜਿਹੜਾ ਕਿ ਦਿੱਲੀ ਹਾਈ ਕੋਰਟ ਦਾ ਜਿਹੜਾ ਹੈ ਮੁੱਖ ਜੱਜ ਸੀਗਾ ਇਸ ਦੇ ਦੁਆਰਾ ਜਿਹੜਾ ਹੈ 23 ਅਗਸਤ 23 ਅਗਸਤ 1991 ਨੇ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਿਹਦੇ ਅਧੀਨ ਰਾਜੀਵ ગાંધી ਦੀ ਹਤਿਆ ਦੇ ਨਾਲ ਸੰਬੰਧਿਤ ਇਨਵੈਸਟੀਗੇਟ ਕਰਨਾ ਮੁੱਖ ਕੰਮ ਸੀ ਰਾਜੀਵ ਗਾਂਧੀ ਦੀ ਜਿਹੜੀ ਮੌਤ ਆ 1990 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਹੁੰਦੀ ਹੈਗੀ ਆ ਸੋ ਉਹਨਾਂ ਦੇ ਨਾਲ ਸਬੰਧਤ ਜਿਹੜੀ ਹੈਗੀ ਆ ਇਨਵੈਸਟੀਗੇਟ ਕਰਨ ਦੇ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਿਹਦਾ ਨਾਮ ਸੀਗਾ ਜੈਨ ਕਮਿਸ਼ਨ ਨੈਕਸਟ ਹੈ ਜੀ ਹੰਟਰ ਕਮਿਸ਼ਨ ਸੋ ਹੰਟਰ ਕਮਿਸ਼ਨ ਸਬੰਧਤ ਹੈ ਜ਼ਿਲ੍ਹਿਆਂ ਵਾਲੇ ਬਾਗ ਕਤਿਆ ਹਤਿਆ ਕారణ ਦੇ ਨਾਲ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਸੋ ਇਹ ਕਮਿਸ਼ਨ ਬਣਾਇਆ ਕਦੋਂ ਗਿਆ ਸੀਗਾ ਜੀ 14 ਅਕਤੂਬਰ 1919 ਨੂੰ ਬਣਾਇਆ ਗਿਆ ਸੀਗਾ ਜਿਸ ਦਾ ਚੇਅਰਮੈਨ ਸੀਗਾ ਲਾਰਡ ਹੰਟਰ ਲਾਰਡ ਹੰਟਰ ਸੀਗਾ ਜੀ ਸੋ ਇਹਨਾਂ ਦੇ ਇਹ ਚੇਅਰਮੈਨ ਸੀਗੇ ਜਿਹਦਾ ਮੁੱਖ ਕੰਮ ਸੀ ਜ਼ਿਲ੍ਹਾ ਵਾਲੇ ਹੱਤਿਆਕਾਂਡ ਦੇ ਜਿਹੜੇ ਦੋਸ਼ੀ ਨੇਗੇ ਉਹਨਾਂ ਦੀ ਇਨਵੈਸਟੀਗੇਟ ਕਰਨਾ ਓਕੇ ਸੋ ਇਸ ਕਮਿਸ਼ਨ ਦੇ ਜਿਹੜੀ ਬਣਾਉਣ ਦੀ ਇਜਾਜ਼ਤ ਦਿੱਤੀ ਸੀਗੀ ਉਹ ਐਡਵਨ ਮੌਂਟੈਗਿਊ ਦੇ ਦੁਆਰਾ ਦਿੱਤੀ ਗਈ ਸੀਗੀ ਜੀ ਓਕੇ ਸੋ ਇਸਨੇ ਪਰਮਿਸ਼ਨ ਦਿੱਤੀ ਸੀ ਕਿ ਇਹ ਕਮਿਸ਼ਨ ਬਣਾਇਆ ਜਾਵੇ ਜਾਂਚ ਪੜਤਾਲ ਕੀਤੀ ਜਾਵੇ ਕਿ ਘਟਨਾ ਕਿਉਂ ਵਾਪਰੀ ਤੇ ਕਿਸ ਕਾਰਨ ਕਰਕੇ ਵਾਪਰੀ ਸੀਗੀ ਨੈਕਸਟ ਹੈ ਜੀ 7 ਨੰਬਰ ਨਰਸਿੰਘਮ ਕਮੇਟੀ ਸਬੰਧਤ ਹੈ ਵਿੱਤੀ ਜਾਂ ਬੈਂਕਿੰਗ ਸੁਧਾਰ ਦੇ ਨਾਲ ਸਬੰਧਤ ਸੋ ਨਰਸਿੰਘ ਕਮੇਟੀ ਜਿਹੜੀ ਹੈ ਇਹ ਸਬੰਧਤ ਹੈ ਵਿੱਤ ਨੂੰ ਲੈ ਕੇ ਫਾਈਨਾਂਸ ਨੂੰ ਲੈ ਕੇ ਜਾਂ ਬੈਂਕਿੰਗ ਸੁਧਾਰ ਨੂੰ ਲੈ ਕੇ ਹੈਗੀ ਹੈਗੀ ਇਹ ਕਮੇਟੀਆਂ ਦੋ ਬਣੀਆਂ ਸੀਗੀਆਂ ਜੀ ਇੱਕ ਨਰਸਿੰਘ ਨਰਸਿੰਘਮ ਕਮੇਟੀ ਇੱਕ ਕਹਾਉਂਦੀ ਹੈ ਜਿਹੜੀ 1991 ਦੇ ਵਿੱਚ ਬਣੀ ਸੀਗੀ ਦੂਸਰੀ ਕਮੇਟੀ ਨਰਸਿੰਘਮ ਕਮੇਟੀ 2 ਸੇ ਬੰਦੀ ਹੈ 1998 ਦੇ ਵਿੱਚ ਓਕੇ ਸੋ ਇਹਦਾ ਜਿਹੜਾ ਚੇਅਰਮੈਨ ਸੀਗਾ ਜੀ ਉਹ ਸੀਗਾ ਐਮ ਨਰਸੀਮਾ ਸੋ ਉਸੇ ਦੇ ਆਧਾਰ ਦੇ ਉੱਪਰ ਹੀ ਜਿਹੜਾ ਹੈ ਇਸੇ ਕਮੇਟੀ ਦਾ ਨਾਮ ਪੈ ਗਿਆ ਸੀਗਾ ਜੀ ਨਰਸਿੰਘਮ ਕਮੇਟੀ ਓਕੇ ਨੈਕਸਟ ਹੈ ਜੀ ਗਿਆਨ ਪ੍ਰਕਾਸ਼ ਸੰਮਤੀ ਸੰਬੰਧਿਤ ਹੈ ਸ਼ੂਗਰ ਘਟਾਲੇ ਦੇ ਨਾਲ ਓਕੇ ਸੋ ਆ ਇਹ ਉਸ ਸਮੇਂ ਬਣੀ ਸੀ ਜਦੋਂ 1991 ਦੇ ਵਿੱਚ ਭਾਰਤ ਦੇ ਵਿੱਚ ਇਕਨੋਮਿਕਲ ਜਿਹੜਾ ਹੈ ਸੰਕਟ ਪੈ ਗਿਆ ਸੀਗਾ ਕ੍ਰਾਈਸਿਸ ਆ ਗਿਆ ਸੀ ਉਸ ਦੇ ਦੌਰਾਨ ਜਿਹੜਾ ਹੈ ਇਹ ਬਣੀ ਸੀਗੀ ਕਮੇਟੀ ਓਕੇ 8ਵੇਂ ਹੈ ਗਿਆਨਪ੍ਰਕਾਸ਼ ਸੰਮਤੀ ਸួយ ਸੁਗਰ ਘਟਾਲੇ ਦੇ ਨਾਲ ਸੰਬੰਧਿਤ ਹੈ ਜੀ ਜਿਹੜੀ ਕਿ ਸਾਲ 1997 ਦੇ ਦੌਰਾਨ ਜਿਹੜਾ ਹੈ ਮਹਾਜਨ ਸੰਮਤੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਮਹਾਜਨ ਸੰਮਤੀ ਓਕੇ ਸੋ ਇਹਦੇ ਲਈ ਨਾਲ ਹੀ ਸੰਬੰਧਿਤ ਹੈਗੀ ਹੈਗੀ 1994 ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਮੰਤਰੀ ਸੀਗਾ ਜੀ ਜਿਹੜਾ ਕਿ ਉਸ ਸਮੇਂ ਦਾ ਤਤਕਾਲੀ ਮੰਤਰੀ ਸੀਗਾ ਜਿਸ ਦਾ ਨਾਮ ਸੀਗਾ ਜੀ ਕਲਪਨਾਥ ਕਲਪਨਾਥ رائے ਓਕੇ ਸੋ ਇਸ ਨੇ ਕੀ ਕੀਤਾ 1994 ਦੇ ਵਿੱਚ ਜਿਹੜਾ ਹੈ ਮਹਿੰਗੀ ਦਰ ਦੇ ਉੱਪਰ ਮਹਿੰਗੇ ਰੇਟ ਦੇ ਉੱਪਰ ਜਿਹੜਾ ਹੈਗਾ ਗਾ ਚੀਨੀ ਵੇਚਣ ਦਾ ਫੈਸਲਾ ਕੀਤਾ ਚੀਨੀ ਵੇਚਣ ਦਾ ਫੈਸਲਾ ਕੀਤਾ ਜਿਸ ਦੇ ਨਾਲ ਸਰਕਾਰ ਨੂੰ ਤਕਰੀਬਨ ਤਕਰੀਬਨ 4600 50 ਕਰੋੜ ਰੁਪਏ ਦਾ ਜਿਹੜਾ ਹੈ ਘਾਟਾ ਪੈ ਗਿਆ ਸੀ ਜਾਂ ਕਹਿ ਸਕਦਾ ਚੁੰਨਾ ਲੱਗ ਗਿਆ ਸੀਗਾ ਠੀਕ ਹੈ ਕਰੋੜ ਰੁਪਏ ਦਾ ਸੋ ਇਸੇ ਦੇ ਕਾਰਨ ਕਰਕੇ ਇਹ ਛੁਟਾਲੇ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਗਿਆਨ ਪ੍ਰਕਾਸ਼ ਸਮਤੀ ਜਿਹੜੀ ਹੈ ਉਹ ਬਣਾਈ ਗਈ ਸੀ ਜਿਹਦੇ ਅਧੀਨ ਸ਼ੂਗਰ ਘਟਾਲੇ ਦੀ ਜਾਂਚ ਪੜਤਾਲ ਕਰਨਾ ਸੀਗਾ ਨੈਕਸਟ ਹੈ ਜੀ 9 ਨੰਬਰ ਰੰਗਾ ਰਾਜਨ ਕਮੇਟੀ ਸੰਬੰਧਿਤ ਹੈ ਭੁਗਤਾਨਾਂ ਦਾ ਸੰਤੁਲਨ ਦੇ ਨਾਲ ਸੋ ਰੰਗਾ ਰਾਜਨ ਕਮੇਟੀ ਜਿਹੜੀ ਹੈਗੀ ਹੈਗੀ ਇਸ ਸਾਲ 1993 ਦੇ ਵਿੱਚ ਬਣੀ ਸੀਗੀ ਅਤੇ ਇਸ ਦਾ ਚੇਅਰਮੈਨ ਸੀਗਾ ਜੀ ਡਾਕਟਰ ਸੀ ਰੰਗਾ ਰਾਜਨ ਲਗਭਗ ਸਾਰੀਆਂ ਕਮੇਟੀਆਂ ਜਿਹੜੀਆਂ ਉਹਨਾਂ ਦੇ ਨਾਮ ਦੇ ਚੇਅਰਮੈਨ ਦੇ ਨਾਮ ਦੇ ਆਧਾਰ ਦੇ ਉੱਪਰ ਹੀ ਹੈ ਸੋ ਇਸ ਕਰਕੇ ਕੋਈ ਜ਼ਿਆਦਾ ਟੈਨਸ਼ਨ ਲੈਣ ਵਾਲੀ ਕੋਈ ਗੱਲ ਹੈ ਨਹੀਂ ਕਿ 1993 ਦੇ ਵਿੱਚ ਇਹ ਕਮੇਟੀ ਬਣਦੀ ਹੈਗੀ ਹੈ ਤੇ ਆਪਣੀ ਜਿਹੜੀ ਰਿਪੋਰਟ ਹੈਗੀ ਹੈਗੀ ਉਸ ਨੂੰ ਸਬਮਿਟ ਕਰਦੀ ਹੈ ਸਾਲ 2014 ਦੇ ਵਿੱਚ ਨੈਕਸਟ ਹੈ 10 ਨੰਬਰ ਰਾਜਾ ਚੇਲੀ ਕਮੇਟੀ ਦਾ ਸਬੰਧਤ ਹੈ ਜੀ ਟੈਕਸ ਸੁਧਾਰ ਦੇ ਨਾਲ ਸੋ ਇਸ ਕਮੇਟੀ ਜਿਹੜੀ ਹੈਗੀ ਹੈਗੀ ਸਾਲ 1991 ਦੇ ਵਿੱਚ ਬਣਦੀ ਹੈ ਪਹਿਲੀ ਵਾਰ ਫਿਰ ਇਸ ਤੋਂ ਬਾਅਦ 1992 ਦੇ ਵਿੱਚ ਬਣਦੀ ਹੈਗੀ 92 ਤੋਂ ਬਾਅਦ 93 ਦੇ ਵਿੱਚ ਬਣਦੀ ਹੈ ਤਾਂ ਟੋਟਲ ਤਿੰਨ ਵਾਰੀ ਇਹ ਕਮੇਟੀ ਬਣਾਈ ਗਈ ਜਿਹਦਾ ਮੁੱਖ ਕੰਮ ਸੀਗਾ ਜੀ ਟੈਕਸ ਦੇ ਵਿੱਚ ਸੁਧਾਰ ਕਰਨਾ ਨੈਕਸਟ ਹੈ ਜੀ 11 ਨੰਬਰ ਠੱਕਰ ਕਮੇਟੀ ਜਿਹੜੀ ਹੈ ਜਾ ਠੱਕਰ ਕਮਿਸ਼ਨ ਜਿਹੜਾ ਹੈ ਉਹ ਸਬੰਧਤ ਹੈ 인ਦਰਾ ਗਾਂਧੀ ਕਤਲ ਕਾਂਡ ਦੇ ਨਾਲ ਸੋ ਠੱਕਰ ਕਮਿਸ਼ਨ ਜਿਹੜਾ ਹੈ ਇਸ ਹਾਲ 1988 ਦੇ ਵਿੱਚ ਬਣਾਇਆ ਗਿਆ ਸੀਗਾ ਓਕੇ ਇਹਦਾ ਮੁੱਖ ਕੰਮ ਸੀਗਾ ਜੀ ਕਿ 인ਦਰਾ ਗਾਂਧੀ ਦਾ ਜਿਹੜਾ ਕਤਲ ਹੋਇਆ ਸੋ ਉਸ ਦੇ ਬਾਰੇ ਜਿਹੜੀ ਹੈ ਇਨਵੈਸਟੀਗੇਟ ਕਰਨਾ ਸੀਗਾ ਓਕੇ ਇਸ ਕਮੇਟੀ ਦਾ ਜਿਹੜਾ ਚੇਅਰਮੈਨ ਸੀਗਾ ਜੀ ਉਹ ਜਸਟਿਸ ਮਨਹਰਲ ਮਨਹਰ ਲਾਲ ਪ੍ਰਾਨ ਲਾਲ ਠਕਰ ਓਕੇ ਸੋ ਇਹ ਇਸ ਕਮੇਟੀ ਦੇ ਜਿਹੜੇ ਹੈ ਚੇਅਰਮੈਨ ਸੀਗੇ ਜਿਨ੍ਹਾਂ ਦਾ ਮੁੱਖ ਕੰਮ ਸੀਗਾ ਕਿ ਇੰਦਰਾ ਗਾਂਧੀ ਦੀ ਹਤਿਆ ਦੇ ਜਿਹੜੇ ਫੈਕਟਰ ਨੇਗੇ ਜਿਹੜੇ ਕਾਰਨ ਨੇ ਉਹਨਾਂ ਨੂੰ ਪਤਾ ਕਰਨਾ ਜਾਂ ਇਨਵੈਸਟੀਗੇਟ ਕਰਨਾ 12ਵੀਂ ਕਮੇਟੀ ਆ ਜੀ ਬਲਵੰਤ ਰਾਮ ਮਹਿਤਾ ਕਮੇਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਇਹ ਬਣੀ ਸੀਗੀ 1956 ਦੇ ਅਧਿਨ ਤੇ ਇਸੇ ਦੇ ਅਧਿਨ ਹੀ 1969 ਦੇ ਅਧਿਨ ਜਿਹੜਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਪੰਚਾਇਤੀ ਰਾਜ ਲਾਗੂ ਕੀਤਾ ਗਿਆ ਸੀ ਇਸ ਇੱਕ ਮਿੰਟ ਦੇ ਦਿਨ ਬਲਵੰਤ رائے ਮਹਿਤਾ ਹੀ ਇਸ ਦੇ ਚੇਅਰਮੈਨ ਸੀਗੇ ਸੋਸ ਦੇ ਨਾਮ ਦੇ ਉੱਪਰ ਇਹ ਹੈ ਨੈਕਸਟ ਹੈ ਜੀ 13 ਨੰਬਰ ਸਤਿਮਾ ਕਮੇਟੀ ਸੰਬੰਧਿਤ ਹੈ ਇਹਨਾਂ ਦੇ ਵਿੱਚੋਂ ਟੈਕਸਟਾਈਲ ਨੀਤੀ ਦੇ ਨਾਲ ਕਪੜਾ ਉਦਯੋਗ ਦੇ ਨਾਲ ਸੰਬੰਧਤ ਹੈ ਜੀ ਸਤਿਮਾ ਕਮੇਟੀ ਜਿਹੜੀ ਹੈ ਸਾਲ 1990 ਦੇ ਵਿੱਚ ਬਣੀ ਸੀਗੀ ਅਤੇ ਇਸ ਦਾ ਜਿਹੜਾ ਚੇਅਰਮੈਨ ਸੀਗਾ ਉਹ ਐਸ ਸਤਿਮ ਸੀਗਾ ਸਤਿਮ ਸੀਗਾ ਅਤੇ ਟੈਕਸਟਾਈਲ ਪਾਲਿਸੀ ਨੂੰ ਲੈ ਕੇ ਜਿਹੜੀ ਹੈ ਇਹ ਕਮੇਟੀ ਬਣਾਈ ਗਈ ਸੀਗੀ ਨੈਕਸਟ ਹੈ ਜੀ ਨਰੇਸ਼ ਚੰਦਰ ਕਮੇਟੀ ਸਬੰਧਤ ਹੈ ਹਵਾਬਾਜੀ ਸੈਕਟਰ ਦੇ ਨਾਲ ਓਕੇ ਸੋ ਇਹ ਫਰਵਰੀ 2009 ਦੇ ਵਿੱਚ ਬਣੀ ਸੀਗੀ ਕਮੇਟੀ ਜੀ ਸੋ 에ਅਰਵੇਸ ਨੂੰ ਲੈ ਕੇ ਜਿਹੜਾ ਹੈ ਜਾਨਕੀ ਜੋ ਵੀ 에ਅਰਵੇਸ ਨੂੰ ਲੈ ਕੇ ਕਮੇਟੀਆਂ ਬਣਦੀਆਂ ਨੇ ਉਹਨਾਂ ਦੇ ਨਾਲ ਸਬੰਧਤ ਸੀਗੀ ਨੈਕਸਟ ਹੈ ਜੀ 15 ਨੰਬਰ ਸ਼੍ਰੀ ਕ੍ਰਿਸ਼ਨ ਕਮਿਸ਼ਨ ਸਬੰਧਤ ਹੈ ਮੁੰਬਈ ਦੰਗੇ ਦੇ ਨਾਲ ਜਿਹੜਾ ਕਿ 1993 ਦੇ ਵਿੱਚ ਹੋਇਆ ਸੀਗਾ ਸ਼੍ਰੀ ਕ੍ਰਿਸ਼ਨ ਜਿਹੜਾ ਹੈਗਾ ਗਾ ਬਈ ਇਹ ਕਮਿਸ਼ਨ ਬਣਾਇਆ ਗਿਆ ਸੀਗਾ ਮਹਾਰਾਸ਼ਟਰ ਸਰਕਾਰ ਦੇ ਦੁਆਰਾ ਮਹਾਰਾਸ਼ਟਰ ਸਰਕਾਰ ਦੇ ਦੁਆਰਾ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਜਿਸ ਦਾ ਜਿਹੜਾ ਚੇਅਰਮੈਨ ਸੀਗਾ ਜਿਸ ਦਾ ਚੇਅਰਮੈਨ ਸੀਗਾ ਜੀ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੋ ਕਿ ਜਸਟਿਸ ਸੀਗੇ ਜੀ ਓਕੇ ਸੋ ਉਹਨਾਂ ਨੂੰ ਬਣਾਇਆ ਗਿਆ ਸੀਗਾ ਸਾਲ 1993 ਦੇ ਵਿੱਚ ਬਣਾਇਆ ਗਿਆ ਸੀ ਬੰਬਈ ਦੇ ਵਿੱਚ ਜਿਹੜੇ ਦੰਗੇ ਹੋਏ ਸੀ ਉਹਨਾਂ ਦੀ ਇਨਵੈਸਟੀਗੇਟ ਕਰਨਾ ਇਸ ਕਮਿਸ਼ਨ ਦਾ ਮੁੱਖ ਕੰਮ ਸੀਗਾ 16 ਨੰਬਰ ਹੈ ਜੀ ਸਰਕਾਰੀਆ ਕਮੇਟੀ ਸਰਕਾਰੀਆ ਕਮੇਟੀ ਜਿਹੜੀ ਹੈ ਇਹ ਕੇਂਦਰ ਤੇ ਰਾਜ ਦੇ ਵਿਚਕਾਰ ਸਬੰਧਾਂ ਨੂੰ ਲੈ ਕੇ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਕਮੇਟੀ ਜਿਹੜੀ ਕਿ 9 ਜੂਨ 1983 ਨੂੰ ਬਣੀ ਸੀਗੀ ਓਕੇ ਔਰ ਇਸ ਦੇ ਜਿਹੜੇ ਚੇਅਰਮੈਨ ਸੀਗੇ ਜੀ ਉਹ ਨ્યાਮੂਰਤੀ ਭਾਵ ਸੁਪਰੀਮ ਕੋਰਟ ਦੇ ਜਸਟਿਸ ਸੀਗੇ ਜੀ ਰਣਜੀਤ ਸਿੰਘ ਸਰਕਾਰੀਆ ਰਣਜੀਤ ਸਿੰਘ ਸਰਕਾਰੀਆ ਇਸ ਕਮੇਟੀ ਦੇ ਚੇਅਰਮੈਨ ਜੀ ਇਹਦਾ ਮੁੱਖ ਕੰਮ ਸੀਗਾ ਕੇਂਦਰ ਤੇ ਸਰਕਾਰ ਦੇ ਬਾਰੇ ਜਿਹੜਾ ਜਾਣਕਾਰੀ ਦੇਣਾ ਨੈਕਸਟ ਹੈ ਜੀ 17 ਨੰਬਰ ਕੋ ਕੋਪੋਰੀਆ ਕਮੇਟੀ ਸੰਬੰਧਿਤ ਹੈ ਜੀ ਬੈਂਕਿੰਗ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੇ ਨਾਲ ਇਹ ਕਮੇਟੀ ਬਣੀ ਸੀਗੀ ਸਾਲ 1990 ਦੇ ਵਿੱਚ ਅਤੇ ਇਸ ਨੂੰ ਬਣਾਇਆ ਗਿਆ ਸੀਗਾ ਆਰਬੀ ਦੇ ਦੁਆਰਾ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੁਆਰਾ ਇੱਕ ਕਮੇਟੀ ਬਣਾਈ ਗਈ ਸੀਗੀ ਨੈਕਸਟ ਹੈ ਜੀ 18ਵੀਂ ਲਾਸਟ ਜਾਣਕੀ ਰਮਨ ਕਮੇਟੀ ਸੰਬੰਧਿਤ ਹੈ ਜੀ ਸਿਕਿਉਰਿਟੀਜ਼ ਸਕੀਮ ਦੇ ਨਾਲ ਸੋ ਇਹ ਕਮੇਟੀ ਸਾਲ 1992 ਦੇ ਵਿੱਚ ਬਣੀ ਸੀਗੀ ਜੀ ਅਤੇ ਇਹਦਾ ਚੇਅਰਮੈਨ ਸੀਗਾ ਜੀ ਅ ਚੰਦ ਕਿਰਮਤ ਠੀਕ ਹੈ ਸੋ ਇਸ ਕਮੇਟੀ ਦੇ ਅਧਾਰ ਦੇ ਉੱਪਰ ਜਿਹੜਾ ਹੈ ਸਕਿਉਰਿਟੀ ਸਿਸਟਮ ਜਿਹੜਾ ਹੈ ਸਕੈਮ ਜਿਹੜਾ ਉਹਦੇ ਨਾਲ ਸੰਬੰਧ ਇੱਕ ਕਮੇਟੀ ਬਣਾਈ ਗਈ ਸੀ ਸੋ ਅਸੀਂ ਆਪਣੇ ਅੱਜ 18 ਕਮੇਡੀਆਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਮੇਡੀਆਂ ਦੇ ਐਮਸੀਕਿਊ ਟਾਈਪ ਤੁਹਾਨੂੰ ਜਿਹੜੇ ਕੁਐਸਚਨ ਬਣਾ ਕੇ ਦੇਵਾਂਗਾ ਜੋ ਕਿ ਤੁਹਾਡੇ ਲਈ ਬਹੁਤ-ਬਹੁਤ ਜ਼ਿਆਦਾ ਹੈਲਪ ਹੋਣਗੇ ਉਮੀਦ ਕਰਦਾ ਹਾਂ ਇਹ ਸੈਸ਼ਨ ਤੁਹਾਡੇ ਲਈ ਸਾਰਿਆਂ ਲਈ ਹੈਲਪਫ ਹੋਇਆ ਹੋਗਾ ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ